ਪਹਿਲਾਂ ਗਈ ਕਿ ਨਹੀਂ ਗਈ? ਅੱਜ ਜਦੋਂ ਉਹ ਵੇਖੋ ਬੂਹੇ ਤੇ ਕਾੜੀ ਪੀੜੀ ਡਾ ਕੇ ਬੈਠੀ ਹੁੰਦੀ ਹੈ, ਹੋਰ ਕੋਈ ਕੰਮ ਹੀ ਨਹੀਂ ਭਾਂਜੀ ਇਹਨੂੰ ਕਿਤੇ, ਹੈਂ ਹੈਂ ਆ ਪਰਮਜੀਤ ਕੌਰ ਹੈਂ ਵੇਖ ਲਾ ਕਿ ਜਦੋਂ ਮੈਂ ਕਿਤੇ ਜਾਣਾ ਹੁੰਦਾ ਜ਼ਰੂਰੀ ਕੰਮ ਭੈਣ ਜੀ ਬੈਠੀ ਹੁੰਦੀ, ਬੰਦੇ ਨੇ 100 ਕੰਮ ਜਾਣਾ ਹੁੰਦਾ ਵਾ, ਆਹੀ ਚੱਲ ਕਿੱਦਾਂ ਜਾਵਾਂ ਭੈਣਾ, ਜਦੋਂ ਮੈਂ ਇਹਦੇ ਮੱਥੇ ਲੱਗਦੀ ਮੇਰਾ ਕੰਮ ਹੀ ਨਹੀਂ ਬਣਦਾ, ਇਹ ਜਾਣਾ ਕਿੱਥੇ ਹੀ ਮੁੰਡੇ ਨਾਂ ਕੱਟਤਾ ਹੀ ਸਕੂਲੋਂ ਮਾਸਟਰਾਂ ਨੇ, ਇਹ ਕਹਿੰਦੇ ਛੁੱਟੀਆਂ ਬੜੀਆਂ ਕਰਦਾ ਛੁੱਟੀਆਂ ਬੜੀਆਂ ਕਰਦਾ, ਉਦੋਂ ਮੈਂ 2 ਕੁ ਛੁੱਟੀਆਂ ਕਰਾ ਲਈਆਂ, ਇੱਕ ਵਾਰੀ ਮੈਂ ਆਟਾ ਭਿਉਣਾ ਸੀ ਅਤੇ ਉਦੋਂ ਮੈਂ 2 ਕੁ ਛੁੱਟੀਆਂ ਕਰਾ ਲਈਆਂ ਅਤੇ ਇੱਕ ਦੋ ਇਹਦੇ ਭਾਪੇ ਨੇ ਜਾਣਾ ਸੀ ਕਿਤੇ ਵਾਂਢੇ, ਇਹ ਤਾਂ ਫਿਰ ਮਈਆਂ ਨੂੰ ਪੱਠੇ ਪੁੱਠੇ ਕੌਣ ਪਾਉਂਦਾ ਹੈ, ਅਤੇ ਉਹ ਮੈਂ ਮੁੰਡੇ ਨੇ ਛੁੱਟੀ ਕਰਾ ਲਈ ਅਤੇ ਨਾ ਹੀ ਕੱਟਦਾ, ਕਹਿੰਦੇ ਮੁੰਡਾ ਤੁਹਾਡਾ ਆਉਂਦਾ ਨਹੀਂ ਸਕੂਲੇ ਘੱਟ ਆਉਂਦਾ, ਇਹ ਨਾ ਕੱਟ ਕੇ ਉਹ ਮਾਰਿਆ, ਮੈਂ ਪੁੱਛ ਕੇ ਆਉਂਦੀ ਮਾਸਟਰਾਂ ਨੂੰ, ਮੈਂ ਦੱਸਦੀ ਜਰਾ ਕਿ ਤੁਸੀਂ ਨਾ ਕੱਟ ਕੇ ਉਹ ਮਾਰਿਆ, ਬੰਦੇ ਨੇ 100 ਕੰਮ ਵੀ ਹੁੰਦੇ ਘਰੇ, ਹਾਂ ਇਹ ਮੈਂ ਚੱਲ ਵੇਖਾਂ ਕੀ ਕਹਿੰਦੇ ਮਾਸਟਰ, ਅਤੇ ਆਹ ਅੱਗੇ ਬੈਠੀ ਆਹ ਮੈਂ ਅੱਗੇ ਭੈਣ ਜੀ 2 ਵਾਰੀ ਇਹਦੇ ਸਾਹਮਣੇ ਮੈਂ ਗਈ ਪੈਨਸਲ ਦਾ ਪਤਾ ਕਰਾਉਣ, ਮੇਰੀ ਪੈਨਸਲ ਹੀ ਨਹੀਂ ਆਉਂਦੀ, ਆਹ ਜਦੋਂ ਅੱਗੇ ਬੈਠੀ ਹੁੰਦੀ ਤਾਂ ਮੈਂ ਜਾਣੀ ਜਦੋਂ ਬੈਂਕ 'ਚ ਤਾਂ ਅਗਲੇ ਕਹਿੰਦੇ ਤੁਹਾਡੀ ਪੈਨਸਲ ਹੀ ਨਹੀਂ ਆਉਂਦੀ, ਇਹ ਐਡੀ ਇਹਦੀ ਨਿਵਾਈ ਆ ਕਿਤੇ, ਤਾਂ ਹੀ ਮੈਂ ਉਡੀਕਾਉਂਦੇ ਹੀ ਮੈਂ ਪਰਾਂ ਹੋ ਜਾਏ ਕਿਤੇ, ਤਾਂ ਮੈਂ ਮੈਂ ਜਾਣ ਕੇਲਾ ਹੋਣ ਡਿਆ ਕਦੋਂ ਦੀ ਬੈਠੀ ਨਹੀਂ ਮੈਂ, ਆਹ ਬੰਦੇ ਨੇ 100 ਕੰਮ ਜਾਣਾ ਹੁੰਦਾ ਭਾਅ ਜੀ ਸਿਰ ਸਿਰ ਬਾਹੀ ਜਾਂਦੀ ਬੂਹੇ ਦੇ ਘੜੀ, ਹੋਰ ਕੀ ਕੰਮ ਹੈ ਨਹੀਂ ਕਿਤੇ, ਅਤੇ ਹੋਰ ਹੈਂ ਕੀ ਕਰਾਂ ਹੁਣ ਮੈਂ, ਬਈ ਗਈ ਕਿ ਨਹੀਂ ਗਈ, ਚੱਲ ਗਈ ਚੰਗਾ ਭਾਅ ਜੀ ਮੈਂ ਜਾਵਾਂ ਫਿਰ ਨਹੀਂ ਆ ਜਾਣਾ, ਮੈਂ ਦੋ ਦਬ ਦਾ ਲੱਭ ਨਹੀਂ ਭਾਈ ਜਾ, ਇਹ ਕੰਮ ਨਹੀਂ ਉਹ ਬਣਦੇ, ਮੈਂ ਤਾਂ ਕਰਕੇ ਫਿਰ ਮੈਂ ਇੱਥੋਂ ਹੁਣ ਫਿਰ ਮੈਂ ਕਤਰਾਉਂਦੀ ਹੀ ਹੋ ਫਿਰ, ਨਹੀਂ ਮੈਂ ਸਾਹਮਣੇ ਨਹੀਂ ਹੁੰਦੀ ਇਹਦੇ, ਉੱਦਾਂ ਕੋਈ ਗੱਲ ਨਹੀਂ ਮੈਂ ਆਉਂਦੀ ਫਿਰ ਗੱਲਾਂ ਕਰਦੇ, ਹੈਂ ਉਹਦੇ ਦੋਸਤ ਸੀ ਨਾ ਉੱਦਾਂ ਕਿ ਮੈਂ ਇੱਦਾਂ ਕਹਿੰਦੀ ਅੰਨ ਕੇ ਲੜ, ਚੰਗਾ ਫਿਰ ਹੈਂ ਓ